ਫੌਜ ਦੀਆਂ ਤਿੰਨ ਸਿਨਾਮਾ ਦੀ ਕਾਨਫਰੰਸ ਪਰਿਵਰਤਨ ਚੰਤਨ ਨਵੀਂ ਦਿੱਲੀ ਚ ਹੋਈ ਸਮੋਕ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਨੇ ਫੌਜੀ ਸੰਸਾ ਸਭਿਆਚਾਰ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਉਨਾ ਕਿ ਕਿ ਜੰਗ ਲੜਨ ਦੀ ਸਮਰੱਥਾ ਤੇ ਅੰਤਰਕਾਰਜੀਲਤਾ ਨੂੰ ਵਧਾ ਕੇ ਫੌਜ ਦੇ ਹਰੇਕ ਵਿੰਗ ਦੀ ਸਮਰੱਥਾ ਨੂੰ ਇਕੀਕ੍ਰਿਤ ਕਰਨ ਦੀ ਲੋੜ ਹੈ ਕਾਨਫਰੰਸ 'ਚ ਫੌਜੀ ਅਤੇ ਨਾਗਰਿਕ ਖੇਤਰਾਂ ਵਿੱਚ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਰਣਨੀਤਿਕ ਮੁੱਦਿਆਂ 'ਤੇ ਚਰਚਾ ਕੀਤੀ ਗਈ ਚੀਫ ਆਫ ਸਟਾਫ ਕਮੇਟੀ ਲੈਫਟਨੈਂਟ ਜਨਰਲ ਜੇਪੀ ਮੈਥਿਊ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਜੰਗੀ ਕਾਨਫਰੰਸ ਸਾਂਝੇ ਸੰਚਾਲਨ ਪ੍ਰਬੰਧਾਂ ਨੂੰ ਵਿਕਸਿਤ ਕਰੇਗੀ ਜਿਸ ਨਾਲ ਫੌਜ ਲਈ ਪਵਿੱਖ ਵਿੱਚ ਕਈ ਬਦਲਾਅ ਹੋਣਗੇ